ਪੰਜਾਬ ਅੰਦਰ ਕਰਫਿਊ ਚੱਲ ਰਿਹਾ, ਅੰਮ੍ਰਿਤਸਰ ਦੀ ਗੱਲ ਕੀਤੀ ਹੈ, ਕੀ ਹਾਲਾਤ ਨੇ ਔਰ ਪੁਲਿਸ ਵੱਲੋਂ ਜਿਹੜੇ ਲੋਕ ਵਾਇਲੇਸ਼ਨ ਕਰ ਰਹੇ ਉਹਦੇ ਖਿਲਾਫ਼ ਕੀ ਕਾਰਵਾਈ ਕੀਤੀ ਜਾ ਰਹੀ? ਜਿਹੜੇ ਲੋਕ ਵਾਇਲੇਸ਼ਨ ਕਰ ਰਹੇ ਹੈਗੇ ਉਹਨਾਂ ਦੇ ਵਿੱਚ ਅਸੀਂ ਹੁਣ ਤੱਕ ਤਕਰੀਬਨ 136 ਜਿਹੜੇ ਮੁਕੱਦਮੇ ਦਰਜ ਕਰ ਚੁੱਕੇ ਹਾਂ ਔਰ 199 ਵਿਅਕਤੀ ਜਿਹੜੇ ਹੈ ਇਸ ਸੰਬੰਧ ਦੇ ਵਿੱਚ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ। ਅਸੀਂ ਜਿਹੜਾ ਅੰਮ੍ਰਿਤਸਰ ਡਿਸਟ੍ਰਿਕਟ ਕਮਿਸ਼ਨਰੇਟ ਆ ਇਹਨੂੰ ਅਸੀਂ 3 ਜ਼ੋਨ ਦੇ ਵਿੱਚ ਵੰਡਿਆ ਹੋਇਆ, ਹਰ ਇੱਕ ਜ਼ੋਨ ਦੇ ਇੱਕ DCP ਰੈਂਕ ਆਫਿਸਰ ਜਿਹੜਾ ਹੈਗਾ ਮੋਨੀਟਰ ਕਰ ਰਹੇ ਆ ਔਰ ਅਸੀਂ ਨਾਕੇ ਪੈਟਰੋਲਿੰਗ ਪਾਰਟੀ ਜਿਹੜੇ ਹੈਗੇ ਆ ਉਹ ਲਾਈਵ 24 ਆਵਰ ਅਸੀਂ ਜਿਹੜਾ ਹੈਗਾ ਇਹ ਡੋਮੀਨੇਟ ਕਰ ਰਹੇ ਹਾਂ ਆਪਣੇ ਆਪਣੇ ਏਰੀਏ ਨੂੰ। ਦੇਖਣ ਜਾ ਰਿਹਾ ਸਰ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਸੜਕਾਂ 'ਤੇ ਨਿਕਲ ਰਹੇ ਨੇ ਬਾਵਜੂਦ ਕਰਫਿਊ ਲੱਗਣ ਦੇ ਹੋਣ ਦੇ ਬਾਵਜੂਦ, ਇਸ ਬਾਰੇ ਕੀ ਕਰਦੇ? ਜਿਹੜੇ ਲੋਕਾਂ ਨੂੰ ਮੈਂ ਅਪੀਲ ਵੀ ਕਰਨੀ ਚਾਹੁੰਦਾ ਕਿ ਅਨਸੈਸਰਲੀ ਉਹ ਘਰਾਂ ਤੋਂ ਬਾਹਰ ਨਾ ਨਿਕਲਣ, ਆਪਣੇ ਘਰ ਦੇ ਵਿੱਚ ਬਣੇ ਰਹਿਣ, ਤਾਂ ਜੋ ਜਿਹੜੀਆਂ ਹੈਲਥ ਡਿਪਾਰਟਮੈਂਟ ਵੱਲੋਂ ਆਈਆਂ ਇੰਸਟਰਕਸ਼ਨਸ ਹੈਗੀਆਂ ਸਾਨੂੰ ਫੋਲੋ ਕਰਨੀਆਂ ਚਾਹੀਦੀਆਂ ਤਾਂ ਜੋ ਇਸ ਅਸੀਂ ਬਿਮਾਰੀ 'ਤੇ ਜਿਹੜਾ ਜਲਦੀ ਕਾਬੂ ਪਾ ਸਕੀਏ। ਕੁਛ ਰਿਊਮਰ ਜਿਹੜੇ ਬੜੇ ਜ਼ਿਆਦਾ ਆ ਰਹੇ ਨੇ ਜੀ, ਉਹਦੇ ਕੀ ਕਹਿਣਾ ਚਾਹੋਗੇ? ਉਹਦੇ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਹੈ ਵੀ ਲੋਕ ਕਿਸੇ ਵੀ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ, ਸਾਡੇ ਹੈਲਪਲਾਈਨ ਨੰਬਰ ਦਿੱਤੇ ਹੋਏ ਆ, 112 ਨੰਬਰ ਆ, ਬਾਕੀ ਸਾਡੇ ਕੰਟਰੋਲ ਰੂਮ ਦੇ ਨੰਬਰ ਹੈਗੇ ਆ, ਉਹਨਾਂ 'ਤੇ ਸਾਡੇ ਨਾਲ ਵੈਰੀਫਾਈ ਕਰ ਲੈਣ, ਆਪਣੇ ਇਲਾਕੇ ਦੇ SHO ਚੌਂਕੀ ਇੰਚਾਰਜ ਜਾਂ ACP ਰੈਂਕ ਦੇ ਆਫਿਸਰ ਤੋਂ ਵੈਰੀਫਾਈ ਕਰ ਲੈਣ। ਕੋਈ ਵੀ ਉਹਨਾਂ ਕੋਲ ਜਿਹੜੀ ਕੋਈ ਇਸ ਤਰ੍ਹਾਂ ਦੀ ਸੋਸ਼ਲ ਮੀਡੀਆ 'ਤੇ ਕੋਈ ਖਬਰ ਆਉਂਦੀ ਹੈਗੀ ਹੈ ਤਾਂ ਉਹਨੂੰ ਜ਼ਰੂਰ ਇੱਕ ਵਾਰੀ ਚੈੱਕ ਕਰ ਲਾਂ ਔਰ ਬਿਨਾਂ ਵਜ੍ਹਾ ਤੋਂ ਝੂਠੀਆਂ ਖਬਰਾਂ ਜਿਹੜੀਆਂ ਅੱਗੇ ਫਾਰਵਰਡ ਨਾ ਕਰਨ। ਅਸੀਂ ਪਹਿਲਾਂ ਵੀ 2 ਪਰਚੇ ਦਰਜ ਕਰ ਚੁੱਕੇ ਹਾਂ ਔਰ ਹੁਣ ਜੇ ਪਹਿਲਾਂ ਵੀ ਇੰਸਟਰਕਸ਼ਨਸ ਇਹੀ ਹੈ ਗਵਰਨਮੈਂਟ ਵੱਲੋਂ, ਜੇ ਕੋਈ ਅਫਵਾਹ ਫੈਲਾਉਂਦਾ ਤਾਂ ਉਹਦੇ ਖਿਲਾਫ਼ ਜਿਹੜੀ ਹੈਗੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਸਰ ਇੱਕ ਆਡੀਓ ਵਾਇਰਲ ਹੋ ਰਹੀ ਹੈ, DGP ਸਾਹਿਬ ਦਾ ਹਵਾਲਾ ਦਿੱਤਾ ਜਾ ਰਿਹਾ ਵੀ 3rd ਸਟੇਜ ਵਿੱਚ ਕਰੋਨਾ ਪਹੁੰਚ ਚੁੱਕਾ, ਉਸ ਆਡੀਓ ਦੀ ਕੀ ਸੱਚਾਈ ਹੈ? ਦੇਖੋ ਜੇ ਕੋਈ ਇਸ ਤਰ੍ਹਾਂ ਦੇ ਮੇਰੇ ਨੋਟਿਸ 'ਚ ਆਡੀਓ ਨਹੀਂ ਆਈ, ਬਟ ਇਹਦੇ ਵਿੱਚ ਸਾਡੇ ਜਿਹੜੇ ਹੈਗੇ ਆ ਵਿੰਗ ਜਿਹੜੇ ਹੈਗੇ ਆ ਉਹਦੇ ਵਿੱਚ ਉਹ ਅਸੀਂ ਵੈਰੀਫਾਈ ਕਰਾਂਗੇ ਕਿ ਇਹਦੇ ਵਿੱਚ ਕੀ ਸੱਚਾਈ ਹੈਗੀ ਆ, ਜੇ ਕੋਈ ਝੂਠੀ ਖਬਰ ਹੋਊਗੀ ਇਸ ਤਰ੍ਹਾਂ ਦੀ ਤਾਂ ਉਹਦੇ ਖਿਲਾਫ਼ ਜ਼ਰੂਰ ਕਾਰਵਾਈ ਕੀਤੀ ਜਾਊ। DGP ਸਾਹਿਬ ਦਾ ਨਾਮ ਲੈ ਕੇ ਇੱਕ ਆਡੀਓ ਵਾਇਰਲ ਹੋ ਰਹੀ ਹੈ ਕਿ ਜਿਹੜਾ ਕਰੋਨਾ ਵਾਇਰਸ ਹੈ ਉਹ 3rd ਸਟੇਜ 'ਤੇ ਪਹੁੰਚ ਚੁੱਕਿਆ, ਹੁਣ ਜ਼ਿਆਦਾ ਖਤਰਾ ਜਿਹਾ ਗੱਲ ਬਣ ਚੁੱਕੀ ਹੈ, ਕਿਆ ਇਸ ਆਡੀਓ 'ਚ ਕੀ ਸੱਚਾਈ ਹੈ? ਦੇਖੋ ਅਲਟੀਮੇਟਲੀ ਜੇ ਕੋਈ ਇਸ ਤਰ੍ਹਾਂ ਦੀ ਖਬਰ ਹੈਗੀ ਆ ਉਹਦੇ ਬਾਰੇ ਹਜੇ ਤੱਕ ਇਹ ਸਾਡੇ ਕੋਲ ਨਹੀਂ ਪਹੁੰਚੀ, ਪਰ ਇਹ ਜਦੋਂ ਸਾਡੇ ਕੋਲ ਪਹੁੰਚੇਗੀ ਸਾਡਾ ਸਾਈਬਰ ਸੈੱਲ ਹੈਗਾ ਉਹਦੇ ਬਾਰੇ ਵੈਰੀਫਾਈ ਕਰ ਲੂਗਾ ਅਗਰ ਇਹ ਨਿਊਜ਼ ਫੇਕ ਆ। ਔਰ ਅਸੀਂ ਮੈਂ ਇਹਦੇ 'ਚ ਵੀ ਦੱਸਣਾ ਚਾਹੁੰਦਾ ਕਿ ਜਿੱਥੋਂ ਜਿੱਥੋਂ ਇਹ ਅੱਗੇ ਫਾਰਵਰਡ ਹੋਈ ਆ ਉਹਨਾਂ ਦੇ ਖਿਲਾਫ਼ ਵੀ ਜਿਹੜਾ ਐਕਸ਼ਨ ਲਿਆ ਜਾਊਗਾ ਜੇ ਝੂਠੀ ਖਬਰ ਹੋਈ। ਔਰ ਇਸ ਕਰਕੇ ਮੈਂ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ, ਪਿੱਛੇ ਵੀ ਥੋੜ੍ਹੇ ਦਿਨ ਪਹਿਲਾਂ ਕਿਸੇ ਨੇ ਇਹੀ ਕਰ ਦਿੱਤੀ ਸੀ, ਖਬਰ ਵਾਇਰਲ ਕੀਤੀ ਸੀ ਕਿ ਜਿਹੜਾ ਕਰਫਿਊ ਦੇ ਵਿੱਚ ਢਿੱਲ ਦਿੱਤੀ ਹੋਈ ਆ। ਫਿਲਹਾਲ ਜਿਹੜਾ ਹੈਗਾ ਕੰਟੀਨਿਊਸਲੀ ਜਿਹੜੀ ਹੈਗੀ ਕੋਈ ਵੀ ਖਬਰ ਹੈਗੀ ਆ ਉਹਦੇ ਬਾਰੇ ਅੱਛੀ ਤਰ੍ਹਾਂ ਸਾਨੂੰ ਵੈਰੀਫਾਈ ਕਰ ਲੈਣਾ ਚਾਹੀਦਾ ਔਰ ਕਿਸੇ ਵੀ ਇਹੋ ਜਿਹੀ ਖਬਰ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜਿਹੜੀ ਕਿਸੇ ਸਪੈਸੀਫਿਕ ਚੈਨਲ ਦੇ ਥਰੂ ਜਾਂ ਸਾਡੀ ਜਿਹੜੀਆਂ ਵੈਬਸਾਈਟ ਹੈ ਉਹਦੇ ਥਰੂ ਜਾਂ ਸਾਡੇ ਕੋਈ ਕੰਟਰੋਲ ਰੂਮ ਦੇ ਥਰੂ ਕੋਈ ਮੈਸੇਜ ਨਾ ਲੱਗਿਆ ਹੋਵੇ। ਅਗਰ ਸਾਡੇ ਕੋਲ ਕੋਈ ਇਹੋ ਜਿਹੀ ਕੋਈ ਇਨਫੋਰਮੇਸ਼ਨ ਆਉਂਦੀ ਹੈਗੀ ਆ ਤਾਂ ਅਸੀਂ ਜ਼ਰੂਰ ਆਪਣੇ ਹਲਕਾ ਆਫਿਸਰ, ਸਾਡੇ ਜਿਹੜੇ SP ਰੈਂਕ ਦੇ ਆਫਿਸਰ ਜ਼ੋਨ ਇੰਚਾਰਜ ਆ ਉਹਨਾਂ ਨੂੰ ਅਸੀਂ ਇਸ ਗੱਲ 'ਤੇ ਬਰੀਫ ਕਰਾਂਗੇ ਤੁਹਾਡੇ ਕੋਲ, ਕਿਉਂਕਿ ਔਲਰੇਡੀ ਜਿਹੜਾ ਹੈਗਾ DC ਸਾਹਿਬ ਵੱਲੋਂ ਜਿਹੜਾ ਇਹਦੇ ਸੰਬੰਧ ਦੇ ਵਿੱਚ ਸਾਡੇ PA ਸਿਸਟਮ ਦੇ ਥਰੂ ਸਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈਗਾ ਕਰੋਨਾ ਵਾਇਰਸ ਦੇ ਬਾਰੇ ਔਰ ਇਹਦੇ ਵਿੱਚ ਹੈਲਥ ਡਿਪਾਰਟਮੈਂਟ ਵੱਲੋਂ ਹਮੇਸ਼ਾ ਹੀ ਲਗਾਤਾਰ ਜਿਹੜੀਆਂ ਇੰਸਟਰਕਸ਼ਨਸ ਵੀ ਆ ਰਹੀਆਂ ਔਰ ਉਹਨਾਂ ਨੇ ਆਪਣੇ TV ਚੈਨਲ 'ਤੇ ਵੀ ਦੱਸ ਰਹੇ ਹੈਗੇ। ਇਸ ਕਰਕੇ ਮੈਂ ਸਮਝਦਾ ਹੈਗਾ ਕਿ ਪਹਿਲਾਂ ਸਾਨੂੰ ਹਰ ਗੱਲ ਨੂੰ ਵੈਰੀਫਾਈ ਕਰਨਾ ਚਾਹੀਦਾ।
ਸਰ ਕਿਹੜੀ ਤਰ੍ਹਾਂ ਹੁੰਦਾ ਇਹਦੇ ਪਰਚਾ ਦਰਜ ਕੀਤਾ ਜਾਂਦਾ, ਇਹ ਵਾਇਰਲ ਕਰਦੇ ਵੀਡੀਓ ਜਾਂ ਆਡੀਓ ਵਾਇਰਲ ਕਰਦੇ ਨੇ? ਅਗਰ ਕੋਈ ਇੱਦਾਂ ਦੀ ਝੂਠੀ ਆਡੀਓ ਜਾਂ ਵੀਡੀਓ ਵਾਇਰਲ ਕਰਦਾ ਹੈਗਾ ਜਿਹਦੇ ਨਾਲ ਸਮਾਜ ਨੂੰ ਖਤਰਾ ਪਾਉਂਦਾ, ਅਸੀਂ ਉਹਦੇ ਖਿਲਾਫ਼ ਜਿਹੜਾ ITF ਅਤੇ ਹੋਰ ਜਿਹੜੀਆਂ ਬਣਦੀਆਂ ਧਾਰਾਵਾਂ ਹੈਗੀਆਂ ਉਹਦੇ ਖਿਲਾਫ਼ ਜਿਹੜੀ ਕਾਰਵਾਈ ਕੀਤੀ ਜਾਏ।